2014 ਦੇ ਵਿੱਚ ਦੇਸ਼ ਦੀ ਜਨਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇਸ ਲਈ ਚੁਣਿਆ ਸੀ ਕਿ ਸਾਡਾ ਦੇਸ਼ ਤਰੱਕੀ ਵੱਲ ਵਧੇ ਤਾਂ ਕਿ ਦੇਸ਼ ਦਾ ਹਰ ਇੱਕ ਨਾਗਰਿਕ ਆਪਣੇ ਪਰਿਵਾਰ ਨਾਲ ਚੰਗੇ ਢੰਗ ਦਾ ਜੀਵਨ ਬਤੀਤ ਕਰ ਸਕੇ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸੈਂਟਰ ਦੀ ਕੈਬਨਿਟ ਨੇ ਦੇਸ਼ ਤਰੱਕੀ ਵੱਲ ਤਾਂ ਦੂਰ ਦੀ ਗੱਲ ਬਲਕਿ ਦੇਸ਼ ਦੀ ਹਾਲਤ ਕਾਫੀ ਆਰਥਿਕ ਕਰ ਦਿੱਤੀ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਤਰਨ ਤਾਰਨ ਸ਼ਹਿਰ ਵਾਸੀ ਮਹਿਲਾਵਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਨੇ ਨੋਟਬੰਦੀ ਕੀਤੀ ਤਾਂ ਕਿ ਦੇਸ਼ ਦਾ ਕਾਲਾ ਧਨ ਬਾਹਰ ਆ ਸਕੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਕਾਲਾ ਧਨ ਤਾਂ ਬਾਹਰ ਨਹੀਂ ਆਇਆ, ਪਰ ਦੇਸ਼ ਦਾ ਹਰ ਗਰੀਬ ਆਦਮੀ ਇੱਕ ਵਾਰੀ ਸੜਕ 'ਤੇ ਜ਼ਰੂਰ ਆ ਗਿਆ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਫਿਰ ਲੋਕਾਂ 'ਤੇ GST ਦਾ ਡੰਡਾ ਚਲਾਇਆ, ਜਿਸ ਕਾਰਨ ਦੇਸ਼ ਦੇ ਹਰ ਵਪਾਰੀ ਦਾ ਕੰਮਕਾਜ ਠੱਪ ਹੋ ਗਿਆ ਅਤੇ ਹੁਣ ਸਰਕਾਰ ਸਬਜ਼ੀਆਂ ਦੇ ਭਾਅ ਵਧਾ ਕੇ ਘਰੇਲੂ ਮਹਿਲਾਵਾਂ ਨੂੰ ਚਿੰਤਾ ਵਿੱਚ ਪਾ ਰਹੀ ਹੈ। ਸਵਾਰਿਆ ਗਰੀਬਾਂ ਦੀ ਬਿਲਕੁਲ, ਦਿਹਾੜੀਆਂ ਵੀ ਬੰਦ, ਖਾਣਾ ਵੀ ਬੰਦ, ਲੋਕੀ ਔਖੇ ਹੋ ਗਏ, ਸਾਡੇ ਬੱਚੇ ਜਿਹੜੇ ਭੁੱਖੇ ਮਰਦੇ ਆ, ਨਾ ਦਿਹਾੜੀਆਂ ਮਿਲਦੀਆਂ, ਨਾ ਉਹ ਕੁਛ ਸਾਨੂੰ ਸਬਜ਼ੀ ਮਿਲਦੀ ਆ, ਨਾ ਸਾਨੂੰ ਦਿਹਾੜੀ ਮਿਲਦੀ, ਨਾ ਸਾਨੂੰ, ਅਸੀਂ ਤਾਂ ਸੜਕਾਂ 'ਤੇ ਬਹਿ ਕੇ ਮੰਗ ਕੇ ਰੋਟੀ ਖਾਂਦੇ ਹਾਂ। ਅਸੀਂ ਤਾਂ ਬਹੁਤ ਤੰਗ ਆ ਗਏ ਇਸ ਸਰਕਾਰ ਤੋਂ। ਮੈਂ ਤਾਂ ਨਹੀਂ, ਮੋਦੀ ਨੇ ਸਾਡਾ ਵਾਸਤੇ ਬੇੜਾ ਕਰਕੇ ਕਰਤਾ, ਜ਼ਹਿਰ ਬੀਜ ਦਿੱਤਾ। ਗੰਢੇ 50 ਰੁਪਏ ਕਿਲੋ ਆ, ਅਦਰਕ 60 ਰੁਪਏ ਕਿਲੋ ਆ, ਜਿਹੜਾ ਟਮਾਟਰ 80 ਰੁਪਏ ਕਿਲੋ ਆ, ਲਸਣ 80 ਰੁਪਏ ਕਿਲੋ ਆ। ਗਾਹ ਜਦੋਂ ਸਸਤਾ ਹੁੰਦਾ ਉਦੋਂ ਕਿਲੋਆਂ ਦੇ ਹਿਸਾਬ ਨਾਲ ਲੈ ਜਾਂਦੇ, ਹੁਣ ਜੇ ਖਾਣੀ ਵੀ ਜਿਹਨੇ ਚੀਜ਼ ਖਾਣੀ ਭਾਵੇਂ 100 ਰੁਪਏ ਕਿਲੋ ਹੋਏ, ਉਹਨੇ ਤਾਂ 10 ਦੇ 20 ਦੀ ਦੇ ਦੇ, ਜਿਹਨੇ ਲੈ ਕੇ ਜਾਂਦੇ ਉਹਨੇ ਆਪਣੇ ਬਜਟ ਦੇ ਹਿਸਾਬ ਨਾਲ ਲੈ ਜਾਂਦੇ। ਪਰ ਬਹੁਤ ਜ਼ਿਆਦਾ ਪਿਆ, ਜਾਂ ਕਿਲੋ ਵਿਕਣੀ ਚੀਜ਼, ਜਾਂ ਸਾਡੀ ਪਾਈ ਆ 3-2 ਕਿਲੋ ਵਿਕਣੀ, ਬਹੁਤ ਜ਼ਿਆਦਾ ਹੀ ਮਹਿੰਗਾਈ ਹੋਣ ਦੇ ਕਰਕੇ ਅਤੇ ਮਤਲਬ ਕਿ ਲੋਕ ਬਣੀਆਂ ਬਣਾਉਂਦੇ ਆ ਸਬਜ਼ੀਆਂ ਲੈ ਜਾਂਦੇ। ਹਾਂਜੀ, ਗੰਢਿਆਂ ਦਿਵਾਲੀ ਲੰਘ ਗਈ, ਘੱਟ ਉਹਦੇ ਨਾਲ ਚਾਹੀਦਾ ਨਹੀਂ ਹੈ ਦਿਵਾਲੀ, ਅਤੇ ਉਹਦੇ ਵੀ ਕਿਸੇ ਕੋਲ ਨਵਾਂ ਗੰਢਾ ਆ ਗਿਆ, ਡਾਊਨ ਹੋਣਾ ਚਾਹੀਦਾ, ਇਹ ਗੰਢਾ ਦਿਨੋਂ ਦਿਨ ਵਧੀ ਜਾਂਦੇ ਆ। ਮਹਿਲਾਵਾਂ ਨੇ ਕਿਹਾ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇਕਰ ਮੋਦੀ ਸਰਕਾਰ ਇਹ ਸੋਚੀ ਬੈਠੀ ਹੈ ਕਿ ਉਹ 2019 ਦੇ ਵਿੱਚ ਮੁੜ ਭਾਜਪਾ ਦੀ ਸਰਕਾਰ ਸੈਂਟਰ ਵਿੱਚ ਬਣਾਉਣਗੇ ਤਾਂ ਇਹ ਉਹਨਾਂ ਦਾ ਵਹਿਮ ਹੈ। ਬਜਟ ਬਹੁਤ ਜ਼ਿਆਦਾ ਵੱਧ ਗਿਆ ਜੀ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਅਸੀਂ ਪਿਆਜ਼ ਲੈਣ ਜਾਂਦੇ, ਕਦੀ 40 ਹੁੰਦਾ, ਦੂਜੇ ਦਿਨ 50 ਹੋ ਜਾਂਦਾ, ਪਿਆਜ਼ ਬਹੁਤ ਮਹਿੰਗਾ, ਟਮਾਟਰ 80 ਰੁਪਏ ਹੋ ਗਿਆ ਆ। ਕਿ ਮੋਦੀ ਕਹਿ ਰਿਹਾ ਸੀ ਅੱਛੇ ਦਿਨ ਆਏਗੇ, ਕਿਹੜੇ ਬੋਲਦੀ ਅੱਛੇ ਦਿਨ ਆਏ, ਸਭ ਬੁਰੇ ਦਿਨ ਆ ਰਹੇ ਹੈ, ਕੋਈ ਅੱਛੇ ਦਿਨ ਨਹੀਂ ਆ ਰਹੇ। ਕਦੀ 700 ਹੋ ਜਾਂਦਾ, ਕਦੀ 800-900 ਤੱਕ ਪਹੁੰਚ ਰਿਹਾ ਸਿਲੰਡਰ, ਹੁਣ ਤਾਂ ਕੋਈ ਸਬਸਿਡੀ ਵੀ ਨਹੀਂ ਆ ਰਹੀ ਸਭ ਨੂੰ। ਇਹਨੂੰ ਖਤਮ ਕੀਤਾ ਜਾਵੇ, ਮੋਦੀ ਨੂੰ ਖੁਦ ਸੋਚਣਾ ਚਾਹੀਦਾ ਕਿ ਮਹਿੰਗਾਈ ਬਹੁਤ ਹੋ ਰਹੀ ਹੈ, ਖਤਮ ਕਰਨੀ ਚਾਹੀਦੀ ਮਹਿੰਗਾਈ। ਸਪੋਕਸਮੈਨ ਟੀਵੀ ਦੇ ਲਈ ਤਰਨ ਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਦੀ ਰਿਪੋਰਟ।